ਦਿਲ ਵਿੱਚ ਹੁਣ ਵੱਡੇ ਵੱਡੇ ਉਬਾਲ ਨਹੀਂ ਉੱਠਦੇ। ਜ਼ਿੰਦਗੀ ਦੀ ਦੌੜ ਇੰਨੀ ਸਹਿਮ ਗਈ ਹੈ ਕਿ ਪੰਛੀਆਂ ਦੀਆਂ ਆਵਾਜ਼ਾਂ ਨਾਲ ਉੱਠਣ ਦਾ ਨਜ਼ਾਰਾ ਦਿਲ ਖੁੱਲ੍ਹੇਆਮ ਲੈ ਰਿਹਾ। ਮੇਰੇ ਕਮਰੇ ਦੇ ਕੱਚ 'ਤੇ ਦਸਤਕ ਦੇ ਕੇ ਇੱਕ ਛੋਟਾ ਜਿਹਾ ਬੋਟ ਮੈਨੂੰ ਰੋਜ਼ ਜਗਾਉਣ ਆਉਂਦਾ। ਆਪਣੀ ਕਿਸਮਤ ਦੇ ਦਾਣੇ ਚੁਗਣ ਲਈ ਘੁੱਗੀ ਆਪਣੇ ਅਨੇਕਾਂ ਸਾਥੀਆਂ ਨਾਲ ਸਾਡੇ ਬਨੇਰੇ 'ਤੇ ਬੈਠਣ ਲੱਗੀ ਹੈ। ਹੁਣ ਸੂਰਜ ਦੀ ਕਿਰਨ ਮੈਨੂੰ ਪਹਿਚਾਣਦੀ ਹੈ, ਮੇਰੇ ਵਿਹੜੇ 'ਚ ਸ਼ਿੰਗਾਰ ਕਰਦੀ ਹੈ ਅਤੇ ਫੁੱਲਾਂ ਨੂੰ ਮਹਿਕਾ ਦਿੰਦੀ ਹੈ। ਸੜਕਾਂ ਦਾ ਸਨਾਟਾ ਅਤੇ ਸ਼ਹਿਰਾਂ ਦੀ ਰੌਣਕ, ਕੁਦਰਤ ਨੇ ਮੁੜ ਉਹਨਾਂ ਦੀ ਝੋਲੀ ਪਾ ਦਿੱਤੀ ਜਿਨ੍ਹਾਂ ਤੋਂ ਅਸੀਂ ਕਦੇ ਉਹਨਾਂ ਦੀ ਹਸਤੀ ਖੋਹ ਲਈ ਸੀ। ਪਰਿਵਾਰਾਂ ਦਾ ਮੇਲ ਵਾਪਸ ਆਇਆ ਜਾਂ ਨਹੀਂ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇਸ ਜੋੜ ਦਾ ਆਨੰਦ ਘਰ ਵਿੱਚ ਕਈ ਦਿਨ ਇਕੱਠੇ ਰਹਿਣ ਨਾਲ ਮਹਿਸੂਸ ਹੋ ਰਿਹਾ। ਸਾਹਾਂ ਦੀ ਲੜੀ ਅਸੀਂ ਹੁਣ ਗਿਣ ਸਕਦੇ ਹਾਂ, ਕਿਉਂਕਿ ਸਾਡੇ ਕੋਲ ਕੁਝ ਕਰਨ ਨੂੰ ਹੁਣ ਵਿਸ਼ੇਸ਼ ਨਹੀਂ। ਹੁਣ ਸਾਡੇ ਆਲੇ ਦੁਆਲੇ ਭੀੜ ਨਹੀਂ, ਨਾਨਕਿਆਂ ਦੀ ਠੰਡੀ ਹਵਾ ਜਿਹੇ ਬੁੱਲੇ ਮਹਿਸੂਸ ਹੁੰਦੇ ਨੇ। ਭਾਵੇਂ ਆਵਾਮ ਦੀ ਹਵਾ ਕੁਝ ਗਰਮ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਕੁਦਰਤ ਦੀਆਂ ਕਠਪੁਤਲੀਆਂ ਉਸ ਵਿੱਚ ਸੜ ਕੇ ਸਵਾਹ ਹੋ ਜਾਣ। ਕਿਸੇ ਸੱਜਣ ਨੇ ਕਿਹਾ ਕਿ ਹੁਣ ਮੂੰਹ ਢੱਕ ਕੇ ਬਾਹਰ ਜਾਣਾ ਪਿਆ ਕਰੂ, ਕਿ ਕੁਦਰਤ ਹੁਣ ਸਾਨੂੰ ਦੇਖਣਾ ਵੀ ਨਹੀਂ ਚਾਹੁੰਦੀ। ਕੁਦਰਤ ਬਦਲੇ ਨਹੀਂ ਲੈਂਦੀ, ਸਬਕ ਦਿੰਦੀ ਹੈ। ਜ਼ਿਆਦਾ ਤਾਂ ਨਹੀਂ ਕਿਹਾ ਜਾ ਸਕਦਾ, ਪਰ ਅਸੀਂ ਥੋੜ੍ਹਾ ਜਿਹਾ ਵੀ ਸਮਝ ਜਾਵਾਂਗੇ ਨਾ ਤਾਂ ਇਸਦਾ ਇਲਾਜ ਸਾਡੇ ਹੱਥਾਂ ਤੋਂ ਦੂਰ ਨਹੀਂ।